ਘੰਟੇ ਘੰਟੇ ਬਾਅਦ ਕਿਧਰ ਦਫਾ ਹੋ ਜਾਣੀ ਹੈ? ਓਏ ਆਰਾਮ ਨਾਲ ਓਏ, ਬਦਤਮੀਜ਼ੀ ਨਹੀਂ ਕਰਨੀ। ਆਰਾਮ ਨਾਲ ਕੋਈ ਪੈਸੇ ਨਹੀਂ ਲੈਂਦੀ? ਪੈਸੇ ਕੰਮ ਦੇ ਲੈਣੀ ਆ। ਕੰਮ ਦੇ ਨਹੀਂ ਲੈਂਦੀ? ਬਿਲਕੁਲ ਨਹੀਂ। ਇਹ ਜਿਹੜੀ ਸੁਰਖੀਆਂ ਪਾਊਡਰ ਲਾਉਂਦੇ ਪੈਸੇ ਨਹੀਂ ਲੈਂਦੇ? ਬਿਲਕੁਲ ਲੈਣੀ ਹੈ ਨਾ। ਹਾਂਜੀ, ਬਦਤਮੀਜ਼ ਕਹਿਣ ਦੀ ਪਦੇਸ਼ੀ ਬਦਤਮੀਜ਼ ਆ ਮੈਂ। ਕਿਵੇਂ? ਜਿਹਦਿਨ ਮੈਂ ਪੈਦਾ ਹੋਇਆ ਮੇਰੀ ਮਾਂ ਨੇ ਮੇਰੇ ਪਿਓ ਕੋਲ ਪੁੱਛਿਆ, ਉਹ ਕੀ ਇਹ ਕੀ ਬਦਤਮੀਜ਼ੀ ਹੈ? ਤੇ ਫਿਰ ਅੰਮਾ ਜੀ ਨੇ ਕੀ ਕਿਹਾ? ਉਹਨੇ ਬਸ ਹੋ ਗਈ, ਇੱਥੋਂ ਨਿਕਲ ਗਿਆ। ਆਪ ਸ਼ਾਦੀ ਸ਼ੁਦਾ ਗੈਰ ਸ਼ੁਦਾ ਜਾਂ ਇਸਤੇਮਾਲ ਸ਼ੁਦਾ? ਜੀ ਮੈਂ ਸ਼ਾਦੀ ਸ਼ੁਦਾ ਨਹੀਂ ਹੂੰ। ਬਿਲਕੁਲ ਬਿਲਕੁਲ ਨਹੀਂ। ਥੋੜਾ ਜਿਹਾ ਵੀ ਨਹੀਂ ਜੀ। ਐਵੇਂ ਜ਼ਰੀ ਇੱਕ ਨਹੀਂ, ਐਵੇਂ ਪੜੋਂ ਨਹੀਂ। ਇੱਧਰ ਜਵਾਰ ਤੋਂ ਡਿੱਗੀ ਹੋਵੇ ਬਾਬਿਆਂ ਦੇ ਪਾਸੇ ਤੇ ਕਿਲੇ ਤੇ ਜਾ ਪਈ ਹੋਵੇ ਨਹੀਂ। ਸੁੱਤੇ ਪਏ ਵੀ ਸ਼ਾਦੀ ਨਹੀਂ ਹੋਈ? ਬਿਲਕੁਲ ਨਹੀਂ। ਸਾਡਾ ਤੇ ਰੋਜ਼ ਬੇੜਾ ਗਰਕ ਹੋ ਜਾਂਦਾ। ਕਿਵੇਂ ਜੀ? ਸਵੇਰੇ ਉੱਠ ਕੇ ਕਹਿੰਦੇ ਤੁਹਾਡੀ ਭੈਣ ਨੂੰ ਇਹ ਬਣ। ਬਿਲਕੁਲ ਨਹੀਂ, ਬਿਲਕੁਲ ਨਹੀਂ। ਅੱਛਾ, ਕੋਈ ਮਿਸ ਕਾਲ? ਬਿਲਕੁਲ ਨਹੀਂ। ਕੋਈ ਮੈਸੇਜ? ਨਹੀਂ, ਮੈਸੇਜ ਵੀ ਨਹੀਂ ਆਇਆ। ਮੈਸੇਜ ਆਣੇ ਚਾਹੀਦੇ ਨੇ। ਕਿਉਂ ਜੀ? ਮੈਸੇਜ ਨਾ ਆਣ ਤੇ ਫਿਰ 9 ਮਹੀਨੇ ਬਾਅਦ ਇਹੋ ਜਿਹਾ ਪਿਕਚਰ ਮੈਸੇਜ ਆਉਂਦੇ। ਸ਼ਾਦੀ ਕਰ ਲੇ ਆਪ, ਸਲਾਮੀ ਮੈਂ ਕਿਤਨੇ ਪੈਸੇ ਲੇਗੀ? ਇਹ ਕੋ 4-5 ਲੱਖ। 4-5 ਲੱਖ ਮੈਂ ਅੰਮੀ ਦੇ ਗੁੜ ਦੇ ਵੇਚ ਕੇ ਦੇਣਾ। ਉਹ ਜਿਹੜੇ ਜਾਇਦ ਨੇ ਮੁਨਾਸਿਬ ਨੇ, ਜਿਹੜਾ ਇੱਥੇ ਰੇਟ ਚੱਲ ਰਿਹਾ 3500-4000 ਤੇ ਬੰਦੇ 9। ਨਵਾਂ ਬੰਦਾ ਹੁੰਦਾ ਹੀ ਉਹ ਜਿਹਦੀ ਬੈਠਕ ਹੁੰਦੀ ਹੈ, ਉਹ ਵਾਰੀ ਲੈ ਕੇ ਕਹਿੰਦਾ ਨਿਕਲੋ ਨਿਕਲੋ ਮੇਰਾ ਅੱਬਾ ਆ ਗਈ। ਆਪ ਸਲਾਮੀ ਮੈਂ ਹਮ ਆਪਕੋ ਦੇਂਗੇ ਯਾਮਾ। ਯਾਮੇ ਪੇ ਕਭੀ ਬੈਠੀ ਹੈ? ਬਿਲਕੁਲ ਨਹੀਂ। ਅਭੀ ਚਲਾ ਦੂੰ ਆਪਕੋ? ਬਿਲਕੁਲ ਫਰਜ਼ੀ ਯਾਮਾ। ਹਾਂ ਠੀਕ ਹੈ, ਚਲੇ ਬੈਠੇ। ਏ ਲੋ ਜੀ, ਤੈਨੂੰ ਕਹੀ ਯਾਮੇ ਦੇ ਬੈ ਤੂੰ ਖੋਤੇ ਤੇ ਬਹਿ ਜੀ। ਓਏ ਇੰਜ ਲੱਤਾਂ ਕਰਕੇ ਬਹਿ ਜੀ। ਅੱਛਾ ਏ ਇਹ ਲੋ ਜੀ, ਇਹ ਤੂੰ ਹੱਥ ਚੁੱਕ ਲੈ, ਮੇਰਾ ਫਰਿਸ਼ਤਾ ਨਾਰਾਜ਼ ਹੁੰਦਾ। ਚਲੇ ਲੈ, ਇਹ ਦੋਵਾਂ ਦੀ ਲੜਾਈ ਕਰਾਣੀ ਹੂੰ। ਉਹ ਤੈਨੂੰ ਹੱਥ ਵੀ ਨਹੀਂ ਰੱਖਣਾ ਆਉਂਦਾ। ਕਿੱਥੇ ਰੱਖਾਂ? ਇਹ ਕੱਚ ਹੈ ਨਾ ਕੱਚ, ਇਹ ਤੂੰ ਲਿਆ ਕੇ ਧੁੰਨੀ ਨੀ? ਹਾਂ। ਇਸ ਤੋਂ ਇੱਕ ਗੇਠੇ ਉਤਾਂ। ਅੱਛਾ ਲੈ, ਅੱਲਾ ਨਹੀਂ ਇੱਥੇ ਟੁੱਚ ਲਾ ਦੇ ਮੈਨੂੰ। ਸਮਝ ਮੈਂ ਸਮਝਾਂਗਾ ਵੀ ਸੋਨੀਆ ਦੀ ਸਾਲਗਿਰਾ ਤੇ ਗਏ ਸੀ, ਗਿਫਟ ਹੋਇਆ ਪੱਠੀ ਨੇ ਤੇ ਦੇਣਾ ਕੋਈ ਨੀ, ਆਪ ਚੱਕਰ ਚ। ਅੱਛਾ ਜੀ, ਦੇਖੋ ਧੂਆ ਨਿਕਲਿਆ? ਨਹੀਂ ਜੀ। ਤੇ ਸਲੰਸਰ ਤੋਂ ਮੂੰਹ ਚੁੱਕਣਾ, ਪਰ ਰਖਤੇ ਨੇ ਮੈਂ ਲੈ ਲੈਂਦਾ ਪੈਟਰੋਲ ਪਵਾ ਲਾਂਗੇ ਨਾ, 70 ਕਿਲੋਮੀਟਰ। ਅੱਛਾ ਜੀ, ਅੱਛਾ ਜੀ, ਕਿੰਨੀ ਸਪੀਡ ਤੇ ਚਲਾਵਾਂ ਜੀ? 220 ਦੀ। ਬਹੁਤ ਅੱਛੇ, ਉਹ ਯਾਮਾ ਹੁੰਦਾ 120 ਤੇ, ਨਵਾਂ ਯਾਮਾ, ਮੈਂ ਉਹਦਾ ਰੇਂਜ ਸਿਸਟਮ ਪਾੜ ਲਵਾਂ। ਤੂੰ ਚਾਹੁੰਦੀ ਵੀ ਪਹਿਲੀ ਰੇਸ ਹੈ ਜੀ, ਅਗਲਾ ਵੀਲ ਖੜਾ ਹੋ ਜਾਏ। ਚਲੇ ਇਹ ਜੀ ਕੀ ਪਈ? ਕੀ ਹੋਇਆ? ਜਦੋਂ ਬ੍ਰੇਕ ਲਾਵਾਂ ਮੇਰੇ ਨਾਲ ਲੱਗਿਆ ਕਰ। ਵਜਾ? ਕੋਈ ਬੰਦਾ ਮੈਨੂੰ ਪੁੱਛੇ ਦੱਸ ਤੇਰੀ ਕੀ ਲੱਗਦੀ ਹੈ, ਮੈਂ ਕਹਾਂ ਲੱਗਦੀ ਲੁਗਦੀ ਕੋਈ ਨੀ, ਬ੍ਰੇਕ ਲਾਵਾਂ ਮੇਰੇ ਨਾਲ ਲੱਗਦੀ ਹੈ। ਅੱਲਾ ਦੀ ਬੰਦੀ ਨਾ ਹੋਵੇ। ਬੈਠੋ ਬੈਠੋ। ਹੈਲੋ ਜੀ, ਘਰੋਂ ਫੜ ਲਿਆ। ਤੂੰ ਚਾਹੁੰਦਾ ਕਾਲਾ ਹੋ ਜਾਵਾਂ, ਉਹਦੇ ਕੋਲ ਚਾਈਨਾ ਦਾ ਸਮਾਨ ਹੋਵੇ, ਮੁੜ ਕੇ ਮੈਂ ਕਵਾਂ ਕੀ ਹੋਇਆ ਲਖਾਇਆ ਤੇਰਾ ਕਾਲਾ ਸਰ।